ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਸੋ ਹੁਣ ਜਿਸ ਤਰੀਕੇ ਨਾਲ ਰੂਲਸ ਚੇਂਜ ਹੋ ਰਹੇ ਨੇ, ਸਟੂਡੈਂਟਸ ਨੂੰ ਇੱਥੇ ਅਵੇਅਰ ਹੋਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਪ੍ਰੋਵਿੰਸ ਨੂੰ ਲੈ ਕੇ ਕਿਹੜੀ ਜਗ੍ਹਾ ਅਪਲਾਈ ਕਰਨਾ ਚਾਹੀਦਾ ਜਿੱਥੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਅੱਜ ਦੀ ਵੀਡੀਓ ਖਾਸ ਹੈ ਉਹਨਾਂ ਸਟੂਡੈਂਟਸ ਲਈ ਜਿਹੜੇ ਕੈਨੇਡਾ ਸਟੱਡੀ ਵੀਜ਼ਾ ਲਈ ਤਾਂ ਅਪਲਾਈ ਕਰਨਾ ਹੀ ਚਾਹੁੰਦੇ ਨੇ, ਨਾਲ ਹੀ ਪ੍ਰੋਵਿੰਸ ਨੂੰ ਲੈ ਕੇ ਥੋੜ੍ਹੇ ਕਨਫਿਊਜ਼ ਨੇ, ਤਾਂ ਅੱਜ ਪੂਰੀ ਕਲੈਰਿਟੀ ਜ਼ਰੂਰ ਮਿਲੇਗੀ ਇਸ ਵੀਡੀਓ ਤੋਂ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਇਹ ਪੂਰੀ ਡਿਟੇਲ ਵਿੱਚ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਆਪਾਂ ਜਿਸ ਤਰੀਕੇ ਨਾਲ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਅਪਡੇਟਸ ਆ ਰਹੇ ਨੇ, ਲਗਾਤਾਰ ਤੁਸੀਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ, ਅਤੇ ਅੱਜ ਜਦੋਂ ਆਪਾਂ ਪ੍ਰੋਵਿੰਸ ਦੇ ਉੱਪਰ ਫੋਕਸ ਕਰ ਰਹੇ ਹਾਂ, ਤਾਂ ਸਟੂਡੈਂਟਸ ਦੇ ਮਨ ਵਿੱਚ ਵੀ ਥੋੜ੍ਹਾ ਜਿਹਾ ਡਾਊਟ ਜ਼ਰੂਰ ਆ ਰਿਹਾ ਕਿ ਕਿੱਥੇ ਅਪਲਾਈ ਕਰੀਏ, ਜਾਂ ਫਿਰ ਪੋਜ਼ਿਟਿਵ ਰਿਜ਼ਲਟ ਆਉਣ ਵਾਲੇ ਟਾਈਮ ਵਿੱਚ ਕਿੱਥੇ ਦਿਖ ਸਕਦਾ ਹੈ। ਇਸ ਪੁਆਇੰਟ 'ਤੇ ਆ ਕੇ ਸਟੂਡੈਂਟਸ ਨੂੰ ਤੁਸੀਂ ਕਿਵੇਂ ਗਾਈਡ ਕਰਨਾ ਚਾਹੋਗੇ, ਕਿਹੜੇ ਪੁਆਇੰਟਸ ਦੇ ਉੱਪਰ ਫੋਕਸ ਕਰਨ ਲਈ ਸਟੂਡੈਂਟਸ ਨੂੰ ਕਹਿਣਾ ਚਾਹੋਗੇ? ਹਰਜੋਤ ਜੀ, ਮੈਨੂੰ ਕੰਮ ਕਰਦੇ ਬਹੁਤ ਲੰਬਾ ਸਮਾਂ ਹੋ ਗਿਆ ਜੀ, 27 ਈਅਰਸ ਆਲਮੋਸਟ, ਔਰ ਜਦ ਤੋਂ ਮੈਂ ਕੰਮ ਕਰ ਰਹੀ ਹਾਂ ਜ਼ਿਆਦਾਤਰ ਬੱਚੇ ਮੈਂ ਪ੍ਰੋਵਿੰਸਿਸ ਦੇ ਵਿੱਚ ਹੀ ਹਮੇਸ਼ਾ ਬੱਚਿਆਂ ਨੂੰ ਪ੍ਰੈਫਰੈਂਸ ਦਿੱਤੀ, ਕਿਉਂਕਿ ਉੱਥੇ ਬੱਚੇ ਦੀ ਸੈਟਲਮੈਂਟ ਬਹੁਤ ਜਲਦੀ ਹੋ ਜਾਂਦੀ ਹੈ, ਹੋਰ ਜਿਹੜਾ ਲਿਵਿੰਗ ਕੋਸਟ ਬਹੁਤ ਘੱਟ ਰਹਿੰਦੀ ਆ। ਹੁਣ ਸਮਝੋ ਜਿਹੜਾ ਵੀ ਸਟੂਡੈਂਟ ਹੈ, ਦੇਖੋ ਦੋ ਤਿੰਨ ਕਿਸਮ ਦੇ ਬੱਚੇ ਆ, ਇੱਕ ਹੈ ਪਰਟੀਕੁਲਰ ਕੋਰਸ ਬਹੁਤ ਅੱਛਾ ਕੋਰਸ ਲੈਣਾ, ਉਹ ਜਿੱਥੇ ਅਵੇਲੇਬਲ ਹੋਏਗਾ ਸਟੂਡੈਂਟ ਨੇ ਉੱਥੇ ਜਾਣਾ। ਸੈਕਿੰਡ, ਕਾਉਂਸਲਿੰਗ ਦੇ ਥਰੂ ਅਸੀਂ ਦੇਖਦੇ ਹਾਂ ਕਿ ਇਸ ਬੱਚੇ ਦੀ ਐਲੀਜੀਬਿਲਟੀ ਕੀ ਹੈ, ਔਰ ਅੱਗੇ ਜਾ ਕੇ ਇਹ ਬੱਚਾ ਸੈਟਲਮੈਂਟ ਕਿੱਦਾਂ ਲੈ ਸਕਦਾ, ਹੈ ਨਾ, ਟੈਕਨੀਕਲ ਕੋਰਸ ਲੈ ਸਕਦਾ ਜਾਂ ਨੋਨ ਟੈਕਨੀਕਲ ਕੋਰਸ ਲੈ ਸਕਦਾ, ਫਿਰ ਪੇਰੈਂਟਸ ਦੀ ਪੋਕਿਟ ਕੀ ਹੈ, ਜੇ ਬਹੁਤ ਅੱਛੀ ਨਹੀਂ ਹੈ ਤਾਂ ਉਹਦੀ ਸੈਟਲਮੈਂਟ ਜਲਦੀ ਚਾਹੀਦੀ ਹੈ ਜਿਸ ਤੋਂ ਫੈਮਿਲੀ ਨੂੰ ਹੈਲਪ ਕਰ ਸਕੇ। ਇੱਦਾਂ ਦੇ ਬਹੁਤ ਸਾਰੇ ਮੁੱਦੇ ਹੁੰਦੇ ਆ ਜਿਹੜੇ ਅਸੀਂ ਕਾਉਂਸਲਿੰਗ 'ਚ ਦੇਖ ਕੇ ਫਿਰ ਬੱਚੇ ਨੂੰ ਗਾਈਡ ਕਰਦੇ ਹਾਂ। ਅੱਜ ਤੋਂ ਕੁਛ ਸਾਲ ਪਹਿਲੇ ਤੱਕ ਹਰ ਸਟੂਡੈਂਟ ਸਾਡੇ 'ਤੇ ਡਿਪੈਂਡੈਂਟ ਹੁੰਦਾ ਸੀਗਾ, ਅਤੇ ਉਹਦੇ ਨਾਲ ਕੀ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਦੇ ਸੀਗੇ। ਹੁਣ ਸੋਸ਼ਲ ਮੀਡੀਆ 'ਚ ਅੱਧੀ ਅਧੂਰੀ ਬੱਚਾ ਇਨਫੋਰਮੇਸ਼ਨ ਲੈ ਕੇ ਆਉਂਦਾ, ਜਿਸ ਤੋਂ ਉਹ ਆਪਣਾ ਸਮਾਂ ਬਹੁਤ ਖਰਾਬ ਕਰ ਰਹੇ ਆ। ਅੱਜ ਇੱਕ ਪ੍ਰੋਵਿੰਸ ਦੀ ਆਪਾਂ ਗੱਲ ਕਰਾਂਗੇ, ਸਸਕੇਚਵਨ ਦੀ ਜੀ, ਠੀਕ ਹੈ। ਉੱਥੇ ਸਟੂਡੈਂਟ ਜੇ ਜਾਂਦਾ ਸਸਕੇਚਵਨ 'ਚ, ਤੁਸੀਂ ਇਹ ਦੇਖੋ ਕਿ ਉਹਨੇ ਜਿਹੜਾ ਜਸਟ 1 ਈਅਰ ਦਾ ਕੋਰਸ ਕਰਕੇ, 1 ਈਅਰ ਦੇ ਕੋਰਸ ਦੇ ਵਿੱਚ ਵੀ 4 ਮੰਥਸ ਦਾ ਇੱਕ ਸਮੈਸਟਰ ਹੈ, ਉਹਦੇ ਬਾਅਦ ਉਹਦੀ ਵਕੇਸ਼ਨਸ ਹੈ, ਫਿਰ 4 ਮੰਥਸ ਦਾ ਸਮੈਸਟਰ ਹੈ, ਫਿਰ ਵਕੇਸ਼ਨਸ ਹੈ, ਔਰ ਜਿਹੜੇ 4-4 ਮਹੀਨੇ 8 ਮਹੀਨੇ ਕੰਮ ਕਰਨਾ, ਸੋਰੀ 8 ਮਹੀਨੇ ਪੜ੍ਹਨਾ, ਉਹਦੇ ਵਿੱਚ ਵੀ 20 ਆਵਰਸ ਪਰ ਵੀਕ ਉਹਨੂੰ ਕੰਮ ਅਲਾਊਡ ਹੈ। ਦੈਟ ਮੀਨਸ ਬੱਚਾ ਜੇ ਕੈਲਕੂਲੇਟ ਕਰੇ 780 ਆਵਰਸ ਜੇ ਉਹ ਕੰਮ ਕਰ ਲੈਂਦਾ ਤਾਂ ਡਾਇਰੈਕਟਲੀ PR ਵਾਸਤੇ ਐਲੀਜੀਬਲ ਹੈ। ਜਿਸ ਦਿਨ ਉਸਦੇ 780 ਘੰਟੇ ਹੋ ਗਏ, ਉਹ ਡਾਇਰੈਕਟ PR ਵਾਸਤੇ ਐਲੀਜੀਬਲ ਹੋ ਗਿਆ। ਵਿਦ ਇਨ 6 ਮੰਥ ਉਹਦੀ PR ਆ ਜਾਂਦੀ ਹੈ। ਦੈਟ ਮੀਨਸ 1.5 ਸਾਲ ਦੇ ਅੰਦਰ ਬੱਚੇ ਦੇ ਕੋਲ ਉਹਦੀ PR ਹੈ। ਹੁਣ ਆਪਾਂ ਗੱਲ ਕਰਦੇ ਹਾਂ ਬੱਚਾ ਜਿਹੜਾ ਪੜ੍ਹਨ ਵਾਲਾ ਹੈ, ਅਤੇ ਨੈਚੁਰਲ ਹੈ ਕਿ ਇਹ ਏਜ਼ ਬਹੁਤ ਛੋਟੀ ਏਜ਼ ਹੈ, ਉਹ ਚਾਹੇ ਗ੍ਰੈਜੂਏਸ਼ਨ ਵਾਲਾ ਬੱਚਾ PG ਵਾਸਤੇ ਜਾ ਰਿਹਾ ਜਾਂ ਅੰਡਰ ਗ੍ਰੈਡ ਦਾ ਜਾ ਰਿਹਾ, ਦੋਨੋਂ ਹੀ ਬੱਚੇ 1 ਈਅਰ ਦਾ ਕਰਕੇ ਆਪਣੀ PR ਵਾਸਤੇ ਐਲੀਜੀਬਲ ਹੋ ਜਾਂਦੇ ਆ। ਹੁਣ ਸਮਝੋ ਇੱਕ ਬੱਚਾ ਮਾਸਟਰਸ ਵਾਸਤੇ ਜਾਂ PG ਸਰਟੀਫਿਕੇਟ ਵਾਸਤੇ ਜਾ ਰਿਹਾ, ਅਤੇ ਉਹ ਕਰਨਾ ਚਾਹੁੰਦਾ ਅੱਗੇ ਮਾਸਟਰਸ, ਅਤੇ ਇੰਨੇ ਜਦ PR ਸਟੂਡੈਂਟ ਨੇ ਲੈ ਲਈ, ਅਤੇ ਉੱਥੇ ਲੋਕਲ ਸਟੂਡੈਂਟ ਨੂੰ PR ਵਾਲੇ ਨੂੰ 1/3 ਫੀਸ ਦੇ ਵਿੱਚ ਜਿਹੜੀ ਹੈ ਐਜੂਕੇਸ਼ਨ ਅਵੇਲੇਬਲ ਹੈ। ਇੰਟਰਨੈਸ਼ਨਲ ਸਟੂਡੈਂਟ ਨੂੰ ਉਹ 30,000 ਡਾਲਰ ਦੇਣੇ ਪੈਣਗੇ ਮਾਸਟਰਸ ਵਾਸਤੇ, ਔਰ ਜਿਹੜਾ ਲੋਕਲ ਸਟੂਡੈਂਟ ਆ ਉਹਨੂੰ 7-8 ਹਜ਼ਾਰ 10 ਹਜ਼ਾਰ। ਅਤੇ ਤੁਸੀਂ ਉਹ ਦੇਖੋ ਜਦ PR ਮਿਲ ਗਈ, ਅਤੇ ਉਹੀ ਡਿਗਰੀ ਜਿਹੜੀ ਉਹਨੂੰ 60,000 ਦੀ ਪੈਣੀ ਸੀ, ਉਹ 15-16 ਹਜ਼ਾਰ 'ਚ ਪੈ ਗਈ, ਮਤਲਬ 8-10 ਲੱਖ 'ਚ ਸਾਰੀ ਪੈ ਗਈ।
ਅਤੇ ਸਟੂਡੈਂਟ ਨੂੰ ਇਹ ਇੰਨਾ ਕੁ ਬੈਨੀਫਿਟ ਹੈ ਔਰ ਪੀ ਆਰ ਵਾਲੇ ਸਟੂਡੈਂਟ ਨੂੰ ਫਿਰ ਤੁਸੀਂ ਦੇਖੋ ਜੋਬ ਅਵੇਲੇਬਿਲਿਟੀ ਵੀ ਅੱਛੀ ਹੈ ਕਿਉਂਕਿ ਸਟੂਡੈਂਟ ਲਾਈਫ 'ਚ ਤੁਹਾਨੂੰ ਇੱਕ ਟੈਂਪਰੇਰੀ ਜੋਬ ਮਿਲਦੀ ਹੈ ਔਰ ਜਦ ਤੁਹਾਡੇ ਕੋਲ ਰੈਜ਼ੀਡੈਂਸੀ ਸਟੇਟਸ ਹੈ ਤੁਹਾਨੂੰ ਜੋਬ ਅੱਛੀ ਮਿਲਦੀ ਹੈ ਫਿਰ ਕੰਪਨੀਆਂ ਨੂੰ ਪਤਾ ਹੈ ਇਹ ਸਟੂਡੈਂਟ ਨੂੰ ਇਹ ਕੈਂਡੀਡੇਟ ਨੇ ਕਿੱਧਰੇ ਨਹੀਂ ਜਾਣਾ ਇਹਦੇ ਕੋਲ ਪੀ ਆਰ ਸਟੇਟਸ ਹੈ ਹੁਣ ਕੋਰਸ ਕਿਹੜਾ ਚੋਣ ਕਰੀਏ ਇਹ ਇੱਕ ਬੜਾ ਮੁੱਦਾ ਹੁੰਦਾ ਹੈ ਦੇਖੋ ਮਾਈਨਸ ਮਿਨਰਲਸ ਦੀ ਜਗ੍ਹਾ ਐਗਰੀਕਲਚਰ ਦੀ ਜਗ੍ਹਾ ਸਸਕੇਚਵਨ ਅਤੇ ਉੱਥੇ ਜੇ ਤੁਸੀਂ ਹੈਵੀ ਵਹੀਕਲ ਟਰਾਂਸਪੋਰਟ ਟੈਕਨੀਸ਼ੀਅਨ ਇੱਦਾਂ ਦੇ ਕੁਛ ਕੋਰਸਿਸ ਹੈ ਅਰਲੀ ਚਾਈਲਡਹੁੱਡ ਐਂਡ ਟੈਕਨੋਲੋਜੀ ਦੇ ਰਿਲੇਟਡ ਜੇ ਤੁਸੀਂ ਉਹੋ ਜਿਹੇ ਕੋਰਸਿਸ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਹੈ ਤੁਸੀਂ ਇਹ ਦੇਖੋ ਜੋਬ ਜਿਹੜੀ ਹੈ 97-8% ਤਾਂ ਇਮੀਡੀਏਟ ਬੱਚਾ ਜੋਬ 'ਚ ਐਬਜ਼ੋਰਬ ਹੋ ਜਾਂਦਾ 2-4% ਬੱਚੇ ਉਹ ਵੀ ਹੁੰਦੇ ਆ ਜਿਹੜੇ ਜੋਬ ਨਹੀਂ ਕਰਦੇ ਆਪਣਾ ਬਿਜ਼ਨਸ ਕਰ ਰਹੇ ਆ ਜਾਂ ਜਿਨ੍ਹਾਂ ਨੇ ਵਾਪਸ ਆਉਣਾ ਅਤੇ ਉਹਨਾਂ ਨੂੰ ਸਟੂਡੈਂਟਸ ਨੂੰ ਅਸੀਂ ਨਹੀਂ ਕਾਊਂਟ ਕਰਦੇ ਦੈਟ ਮੀਨਸ ਜਿਹੜਾ ਵੀ ਸਟੂਡੈਂਟ ਉੱਥੇ ਪੜ੍ਹ ਰਿਹਾ ਅੱਛਾ ਕੋਰਸ ਕਰ ਰਿਹਾ ਉਹਨੂੰ ਜੋਬ ਮਿਲਣੀ ਮਿਲਣੀ ਆ ਤੁਸੀਂ ਇਹ ਦੇਖੋ ਹੈਲਥ ਰਿਲੇਟਡ ਕੋਰਸ 'ਚ ਜਾਂ ਕੋਈ ਟੈਕਨੋਲੋਜੀ ਤੋਂ ਰਿਲੇਟਡ ਕੋਰਸ ਦੇ ਵਿੱਚ ਹਮੇਸ਼ਾ ਜੋਬ ਅਵੇਲੇਬਿਲਿਟੀ ਹੈ ਔਰ ਉਹਨਾਂ ਦੀ ਸੈਲਰੀ ਵੀ ਬਹੁਤ ਜ਼ਿਆਦਾ ਹੈ ਹੁਣ ਜਿਹੜਾ ਸਟੂਡੈਂਟ ਜਾ ਰਿਹਾ ਉਹਨੂੰ ਜੋਬ ਵੀ ਚਾਹੀਦੀ ਹੈ ਉਹਨੇ ਪੜ੍ਹਨਾ ਵੀ ਹੈ ਇੱਕ ਅੱਛੀ ਐਜੂਕੇਸ਼ਨ ਵੀ ਚਾਹੀਦੀ ਹੈ ਸੈਟਲਮੈਂਟ ਵੀ ਚਾਹੀਦੀ ਹੈ ਸੈਲਰੀ ਵੀ ਅੱਛੀ ਚਾਹੀਦੀ ਹੈ ਉਹ ਸਾਰੀ ਚੀਜ਼ਾਂ ਤੁਹਾਨੂੰ ਰੀਜਨਲ ਪ੍ਰੋਗਰਾਮ 'ਚ ਜ਼ਿਆਦਾ ਅੱਛੀ ਮਿਲਦੀਆਂ ਹੁਣ ਇਹੀ ਬੱਚਾ ਜੇ ਅੰਟਾਰੀਓ 'ਚ ਜਾ ਰਿਹਾ ਅਤੇ $1,500-$2,000 ਜਿਹੜਾ ਇਹਦੇ ਅਕੋਮੋਡੇਸ਼ਨ ਦੇ ਖਰਚ ਹੋ ਰਹੇ ਆ ਜੇ ਇਹੀ ਸਟੂਡੈਂਟ ਉੱਥੇ ਸਸਕੇਚਵਨ 'ਚ ਰਹਿ ਰਿਹਾ ਜਾਂ ਕੋਈ ਵੀ ਰੀਜਨਲ ਕਿਉਂਕਿ ਸਾਰਿਆਂ ਦੀ ਅਲੱਗ ਅਲੱਗ ਕੈਲਕੂਲੇਸ਼ਨ ਹੈ ਇੱਥੇ ਸਸਕੇਚਵਨ ਦੀ ਜੇ ਗੱਲ ਕਰੀਏ ਤਾਂ ਜਸਟ $500 'ਚ ਰਹਿਣਾ ਖਾਣਾ ਪੀਣਾ ਮੀਨਸ ਵਿਦ ਗਰੋਸਰੀ ਵਿਦ ਅਕੋਮੋਡੇਸ਼ਨ ਦੈਟ ਮੀਨਸ ਤੁਹਾਡਾ 25-30,000 ਦੇ ਵਿੱਚ ਜਿਹੜਾ 30,000 ਦੇ ਵਿੱਚ ਤੁਹਾਡਾ ਪਰ ਮੰਥ ਦੇ ਵਿੱਚ ਖਰਚਾ ਹੋ ਗਿਆ ਹੁਣ 30,000 ਤਾਂ ਜੇ ਸਟੂਡੈਂਟ ਇੰਡੀਆ ਦੇ ਕਿਸੇ ਮੈਟਰੋ ਸਿਟੀ 'ਚ ਰਹਿੰਦਾ ਉੱਥੇ ਵੀ ਇਸ ਤੋਂ ਜ਼ਿਆਦਾ ਖਰਚਾ ਆ ਜਾਂਦਾ ਔਰ ਜੇ ਬੱਚਾ ਅੰਟਾਰੀਓ ਭੱਜਦਾ ਤਾਂ ਨੈਚੁਰਲ ਉਹਦਾ ਖਰਚਾ ਜ਼ਿਆਦਾ ਤਾਂ ਹੀ ਗੌਰਮੈਂਟ ਨੇ ਹੁਣ ਕੈਪ ਲਾਈ ਹੈ ਕਿ ਜਿਹੜੇ ਰੀਜਨਲ ਏਰੀਆ ਉਹਨਾਂ ਨੂੰ ਜ਼ਿਆਦਾ ਇਹਨਾਂ ਨੇ ਕੈਪਿੰਗ ਦਿੱਤੀ ਹੈ ਜ਼ਿਆਦਾ ਸਟੂਡੈਂਟ ਦਾ ਵੀਜ਼ਾ ਹੋਏਗਾ ਜਿਹੜਾ ਅੰਟਾਰੀਓ ਹੈ ਜਾਂ ਬੀ ਸੀ ਹੈ ਉੱਥੇ ਹੁਣ ਕੈਪ ਘੱਟ ਹੋਏਗੀ ਕਿਉਂਕਿ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਅਤੇ ਤੁਸੀਂ ਇਹ ਦੇਖੋ ਕਿ ਜੇ ਰੀਜਨਲ ਏਰੀਆ 'ਚ ਬੱਚੇ ਨੂੰ ਉਹੀ ਪੈਸਾ ਇਹਨਾਂ ਨੇ ਕਮਾ ਕੇ ਜਾਂ ਅੰਟਾਰੀਓ ਜਾ ਰਹੇ ਹੈ ਉਹ ਰੈਂਟ ਵਿੱਚ ਭਰਨਾ ਮਤਲਬ ਮਜ਼ਦੂਰੀ ਕਰ ਰਹੇ ਕਿਸਮ ਦੇ ਰੈਂਟ ਵਾਸਤੇ ਅਤੇ ਜੇ ਆਪਾਂ ਥੋੜ੍ਹਾ ਜਿਹਾ ਉੱਥੇ ਅਕੋਮੋਡੇਸ਼ਨ ਦਾ ਘੱਟ ਖਰਚ ਹੋਇਆ ਉਹ ਪੈਸਾ ਆਪਣੀ ਸੇਵਿੰਗ ਦੇ ਵਿੱਚ ਆਪਾਂ ਕਿਸੇ ਵਕੀਲ ਨੂੰ ਨਹੀਂ ਦੇਣਾ ਕਿਸੇ ਹੋਰ ਨੂੰ ਨਹੀਂ ਦੇਣਾ ਆਪਣੀ ਸੇਵਿੰਗ 'ਚ ਹੈ ਔਰ ਆਪਾਂ ਨੂੰ ਪੀ ਆਰ ਵੀ ਬਹੁਤ ਜਲਦੀ ਮਿਲ ਰਹੀ ਹੈ ਆਈ ਥਿੰਕ ਦਿਸ ਇਜ਼ ਵੈਰੀ ਗੁੱਡ ਔਰ ਬਹੁਤ ਸਾਰੇ ਬੱਚੇ ਅੱਜ ਤੋਂ ਮੇਰੇ ਖਿਆਲ 20 ਈਅਰਸ ਤੋਂ ਮੈਂ ਸਸਕੇਚਵਨ 'ਚ ਕਈ ਬੱਚੇ ਭੇਜ ਚੁੱਕੀ ਹਾਂ ਜਿਨ੍ਹਾਂ ਦੀ ਸੈਟਲਮੈਂਟ ਇੰਨੀ ਜਲਦੀ ਹੋਈ ਹੈ ਜੇ ਫੈਮਿਲੀ ਦਾ ਇੱਕ ਬੱਚਾ ਗਿਆ ਉਹਦੀ ਅਗਲੇ ਮਤਲਬ 8 ਮਹੀਨੇ ਪੜ੍ਹਨ ਦੇ ਬਾਅਦ 6 ਮਹੀਨੇ ਅਗਲੇ ਮਤਲਬ 14 ਮਹੀਨੇ ਜਾਂ ਸੈਟਲਮੈਂਟ ਹੋ ਜਾਂਦੀ ਹੈ ਨਾ ਫਿਰ ਉਹਨਾਂ ਦੀ ਫੈਮਿਲੀ ਦੇ ਮੇਰੇ ਖਿਆਲ 10-10, 15-15 ਬੱਚੇ ਇੱਕੋ ਫੈਮਿਲੀ ਤੋਂ ਆਉਂਦੇ ਕੋਈ ਮਾਸੀ ਦਾ ਕੋਈ ਚਾਚੀ ਦਾ ਕੋਈ ਤਾਏ ਦਾ ਰੀਜ਼ਨ ਬੀਂਗ ਕਿ ਉਹਨਾਂ ਨੂੰ ਉਸ ਟਾਈਮ ਪਤਾ ਚੱਲ ਜਾਂਦਾ ਹੈ ਕਿ ਦਿਸ ਇਜ਼ ਦਾ ਈਜ਼ੀਐਸਟ ਪ੍ਰੋਸੈਸ ਟੂ ਸੈਟਲ ਐਂਡ ਟੂ ਟੇਕ ਸਟੱਡੀਜ਼ ਬਿਲਕੁਲ ਬਿਲਕੁਲ ਸਹੀ ਹੈ ਸੋ ਬੜੀ ਹੀ ਪ੍ਰੈਕਟੀਕਲੀ ਚੀਜ਼ਾਂ ਕਿਵੇਂ ਅੱਗੋਂ ਜਾ ਕੇ ਤੁਹਾਡੀਆਂ ਹੈਲਪ ਕਰ ਸਕਦੀਆਂ ਨੇ ਮੈਮ ਨੇ ਬੜੇ ਹੀ ਐਗਜੈਕਟ ਵੇ ਦੇ ਨਾਲ ਤੁਹਾਨੂੰ ਸਮਝਾਇਆ ਮੈਨੂੰ ਉਮੀਦ ਹੈ ਸਟੂਡੈਂਟ ਸਮਝ ਗਏ ਨੇ ਕਿ ਕਿਵੇਂ ਅਸੀਂ ਸਹੀ ਸਿਲੈਕਸ਼ਨ ਕਰਨੀ ਹੈ ਜਾਣ ਨੂੰ ਲੈ ਕੇ ਤਾਂ ਕਿ ਜਲਦੀ ਈਜ਼ੀਲੀ ਤੁਹਾਡਾ ਸਾਰਾ ਪ੍ਰੋਸੈਸ ਹੋਵੇ ਅੱਗੋਂ ਜਾ ਕੇ ਵੀ ਤੁਹਾਨੂੰ ਜ਼ਿਆਦਾ ਖਰਚੇ ਨਾ ਕਰਨੇ ਪੈਣ ਤੁਸੀਂ ਆਪਣੀ ਸੇਵਿੰਗ ਵੀ ਕਰ ਸਕੋ ਸੋ ਕੋਈ ਹੋਰ ਸਵਾਲ ਹੋਵੇ ਅਪਲਾਈ ਕਰਨ ਨੂੰ ਲੈ ਕੇ ਪ੍ਰੋਵਿੰਸ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ ਇਸ ਉੱਪਰ ਕਾਲ ਕਰਕੇ
ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਔਫਿਸ ਇਹਨਾਂ ਦੇ ਵਿਜ਼ਿਟ ਜ਼ਰੂਰ ਕਰੋ, ਨੈਵੀਗੇਟਰਸ ਓਵਰਸੀਜ਼ ਦੇ ਔਫਿਸ ਆਓ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ। ਸਵਾਲ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰੋਵਿੰਸ ਨੂੰ ਲੈ ਕੇ ਕਲੈਰਿਟੀ ਦਿੱਤੀ ਹੈ ਸਟੂਡੈਂਟਸ ਨੂੰ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।